ਹੈਲੋ ਸਟੂਡੈਂਟ ਤੁਹਾਡੇ ਆਪਣੇ YouTube ਚੈਨਲ Less Do It ਤੇ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਹਾਂ ਚਦਰਪਾਨ ETT ਅੰਟ੍ਰੈਸ ਐਗਜ਼ਾਮ 3 ਦਸੰਬਰ ਨੂੰ ਹੋਣ ਵਾਲਾ ਜੀ ਉਸ ਦੇ ਰਿਗਾਰਡਿੰਗ ਆਪਣੀ ਲਗਭਗ SST ਦਾ ਸਿਲੇਬਸ ਜਿਹੜਾ ਖਤਮ ਹੋ ਚੁੱਕਿਆ ਉਸ ਦੀ ਇੱਕ ਦੋ ਕਲਾਸਿਸ ਰਹਿਣਦੀਆਂ ਜੀ ਆਪਣਾ ਇਕਨੋਮਿਕਸ ਦਾ ਇੱਕ ਪਾਰਟ ਰੰਦਾ ਸੀਗਾ ਇਕਨੋਮਿਕਸ ਦੀ ਮੈਂ ਬੇਸਿਕ ਜਿਹੜਾ ਹੈ ਉਹ ਕਰਵਾ ਦਿੱਤਾ ਸੀਗਾ ਇਹ ਵੀਡੀਓ ਜੀ ਤੁਸੀਂ ਜਾ ਕੇ ਜ਼ਰੂਰ ਵੇਖ ਲੈਣਾ ETT ਅੰਟੈਸ ਟੈਸਟ ਸਬਜੈਕਟ ਸੋਸ਼ਲ ਸਟੱਡੀਜ਼ ਟੌਪਿਕ ਹੋਏਗਾ ਜੀ ਬੇਸਿਕ ਕਨਸੈਪਟ ਆਫ ਇਕਨੋਮਿਕਸ ਇੱਕ ਦੋ ਕੁਐਸਚਨ ਆ ਸਕਦੇ ਆ ਜਿੱਥੋਂ ਜਿਸ ਦੇ ਵਿੱਚ ਆਪਾਂ ਮੰਗ ਪੂਰਤੀ ਕੀਮਤ ਤਨ ਸੇਵਾਵਾਂ ਆ ਇਕਨੋਮਿਕ ਐਕਟੀਵਿਟੀਆਂ ਨੋਨ ਇਕਨੋਮਿਕ ਐਕਟੀਵਿਟੀਆਂ ਦੇ ਬਾਰੇ ਆਪਾਂ ਪੜਿਆ ਹੈ ਜੀ ਬੇਸਿਕ ਜਿਹੜਾ ਹੈ ਇਕਨੋਮੀਸ ਦਾ ਜਿਹੜਾ ਕਿ ਤੁਸੀਂ ਜੇਕਰ ਕਲੀਅਰ ਕਰਨਾ ਚਾਹੁੰਦੇ ਹੋ ਇਸ ਵੀਡੀਓ ਦੇ ਵਿੱਚ ਡਿਸਕਸ ਕੀਤਾ ਹੋਇਆ ਜੀ ਕਲਾਸ ਨੰਬਰ 5 ਹੋएगी ਤੁਹਾਡੀ ਜਾ ਕੇ ਇੱਕ ਵਾਰ ਜ਼ਰੂਰ ਇਸ ਨੂੰ ਵਾਚ ਆਊਟ ਕਰ ਲੈਣਾ ਜੀ ਫੇਰ ਵੀ ਕਿਸੇ ਵੀ ਪ੍ਰਕਾਰ ਦਾ ਤੁਹਾਨੂੰ ਡਾਊਟ ਰਹਿੰਦਾ ਹੈ ਤਾਂ ਉਸ ਵੀਡੀਓ ਦੇ ਜਾਂ ਇਸ ਵੀਡੀਓ ਦੇ ਕਮੈਂਟ ਕਰ ਦੇਣਾ ਜੀ ਜੋ ਵੀ ਆਪਾਂ ਹੋਏਗਾ ਇਸ ਤੋਂ ਇਲਾਵਾ ਕੱਲ ਤੋਂ ਆਪਾਂ MCQ ਸੀਰੀਜ਼ ਹੈ ਜੀ ਸਟਾਰਟ ਕਰ ਰਹੇ ਹਾਂ ਹਰ ਇੱਕ ਸਬਜੈਕਟ ਜੀ MCQ ਤੁਹਾਨੂੰ ਮਿਲ ਜਾਏਗਾ ਅੱਜ ਦੀ ਆਪਣੀ ਜਿਹੜੀ ਕਲਾਸ ਹੈ ਉਹ ਹੈ ਜੀ ਨੈਸ਼ਨਲ ਇਨਕਮ ਸੋਸ਼ਲ ਸਾਇੰਸ ਦਾ ਇਹ ਆਪਣਾ ਅੱਜ ਦਾ ਟੋਪਿਕ ਹੈ ਨੈਸ਼ਨਲ ਇਨਕਮ ਕੀ ਹੈ ਜੀ ਜੀਡੀਪੀ ਕੀ ਹੁੰਦਾ ਹੈ ਅ ਬੇਰੋਜਗਾਰੀ ਦੇ ਬਾਰੇ ਪੜਾਂਗੇ ਬੇਰੋਜਗਾਰੀ ਕਿੰਨੇ ਤਰੀਕੇ ਦੀ ਹੁੰਦੀ ਹੈ ਤੇ ਇਸ ਤੋਂ ਇਲਾਵਾ ਪ੍ਰਤੀ ਵਿਅਕਤੀ ਜਿਹੜੀ ਆਮਦਨ ਜਿਸ ਨੂੰ ਪਰ ਕੈਪਟਾ ਇਨਕਮ ਗਿਆ ਜਾਂਦਾ ਜੀ ਇਹ ਤਿੰਨ ਚਾਰ ਟੋਪਿਕ ਹੈ ਜੀ ਆਪਣਾ 10-12 ਮਿੰਟ ਦਾ ਟੋਪਿਕ ਹੈ ਇਹ ਕਲਾਸ ਹੋਏਗੀ ਤਾਂ ਤੁਸੀਂ ਕਲਾਸ ਨੂੰ ਪੂਰਾ ਵੇਖਣਾ ਹੈ ਜੀ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਅਗਰ ਵੀਡੀਓ ਚੰਗਾ ਲੱਗਦਾ ਹੈ ਤਾਂ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਬਹੁਤ ਹੀ ਜਲਦੀ ਤੁਹਾਡੇ ਲਈ MCQ ਸੀਰੀਜ਼ ਸਟਾਰਟ ਕਰਨ ਵਾਲਿਆਂ ਜੀ ਨੈਸ਼ਨਲ ਇਨਕਮ ਬਾਰੇ ਪੜਾਂਗੇ ਤੇ ਬਾਕੀ ਜੋ ਵੀ ਕੋਈ ਕਮੈਂਟ ਤੁਸੀਂ ਕਰਦੇ ਹੋ ਉਸ ਦਾ ਰਿਪਲਾਈ ਹੋ ਜਾਂਦਾ ਹੈ ਜੀ ਫੇਰ ਵੀ ਕੋਈ ਤੁਹਾਨੂੰ ਲੱਗਦਾ ਹੈ ਕਮੈਂਟ ਨਹੀਂ ਹੋ ਰਿਹਾ ਤਾਂ ਤੁਸੀਂ ਸਾਡੇ ਨਾਲ ਈਮੇਲ ਦੇ ਰਾਈ ਵੀ ਜਾਂ ਟੈਲੀਗ੍ਰam ਗਰੁੱਪ ਦੇ ਰਾਈ ਵੀ ਜੁੜ ਸਕਦੇ ਹੋ ਠੀਕ ਹੈ ਜੀ ਤਾਂ ਹੁਣ ਅੱਜ ਦਾ ਟੌਪਿਕ ਹੈ ਜੀ ਆਪਣਾ ਨੈਸ਼ਨਲ ਇਨਕਮ ਨੈਸ਼ਨਲ ਇਨਕਮ ਕੀ ਹੈ ਜੀ ਜਿਸ ਨੂੰ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਹੈ ਰਾਸ਼ਟਰੀ ਆਮਦਨ ਪਹਿਲਾਂ ਆਪਾਂ ਪੜ ਲੈਂਦੇ ਹਾਂ ਜੀ ਉਸ ਤੋਂ ਬਾਅਦ ਡੈਫੀਨੇਸ਼ਨ ਪੜਾਂਗੇ ਰਾਸ਼ਟਰੀ ਆਮਦਨ ਦਾ ਮਤਲਬ ਹੁੰਦਾ ਹੈ ਕਿਸੇ ਵੀ ਦੇਸ਼ ਦੀ ਆਪਣਾ ਦੇਸ਼ ਇੰਡੀਆ ਹੈ ਜੀ ਨਾਲ ਆਰਾਮ ਨਾਲ ਇਸ ਨੂੰ ਸਮਝ ਲੈਣਾ ਜੀ ਉਸ ਤੋਂ ਬਾਅਦ ਆਪਾਂ ਡੈਫੀਨੇਸ਼ਨ ਤੇ ਜਾਵਾਂਗੇ ਕਿਸੇ ਇਹ ਆਪਣਾ ਦੇਸ਼ ਹੈ ਜੀ ਇੰਡੀਆ ਕਿਸੇ ਵੀ ਦੇਸ਼ ਦੀ ਉਸ ਦੀ ਇੱਕ ਸਾਲ ਦੀ ਠੀਕ ਹੈ ਜੀ ਇੱਕ ਫਾਈਨੈਂਸ਼ੀਅਲ ਇਅਰ ਹੁੰਦਾ ਹੈ ਜੀ ਆਪਾਂ ਨੂੰ ਸਭ ਨੂੰ ਪਤਾ ਹੈ ਇੱਕ ਫਾਈਨੈਂਸ਼ੀਅਲ ਇਅਰ ਹੁੰਦਾ ਹੈ ਇੱਕ ਅਸੈਸਮੈਂਟ ਇਅਰ ਹੁੰਦਾ ਹੈ ਜੀ ਇਹ ਦੋ ਤੁਹਾਨੂੰ ਅੱਗੇ ਵੀ ਕੰਮ ਦੇਣਗੇ ਅੱਜ ਇੱਥੇ ਕਲੀਅਰ ਕਰ ਲੈਣਾ ਜੀ ਫਾਈਨੈਂਸ਼ੀਅਲ ਇਅਰ ਆਪਣਾ ਸਟਾਰਟ ਹੁੰਦਾ ਦੀ 14 ਤੋਂ ਤੇ 31 ਤੱਕ ਹੁੰਦਾ ਹੈ ਠੀਕ ਹੈ ਜੀ ਅਸੈਸਮੈਂਟ ਇਅਰ ਹੁੰਦਾ ਹੈ ਜਿਸ ਦੀ ਪਿਛਲੇ ਸਾਲ ਦੀ ਅਸੈਸਮੈਂਟ ਇਅਰ ਹੁੰਦਾ ਹੈ ਜੇ ਉਹ ਫਾਈਨੈਂਸ਼ੀਅਲ ਇਅਰ ਹੈ ਉਹਦੀ ਉਹ ਅਸੈਸ ਕਰਦਾ ਹੈ ਜੀ ਠੀਕ ਹੈ ਇਹ ਇਨਕਮ ਟੈਕਸ ਦਾ ਤੁਹਾਡਾ ਇੱਕ ਟੌਪਿਕ ਰਹਿੰਦਾ ਹੈ ਤਾਂ ਫਾਈਨੈਂਸ਼ੀਅਲ ਇਅਰ ਕਿਸੇ ਵੀ ਇੱਕ ਵਿੱਤ ਸਾਲ ਇਸ ਨੂੰ ਫਾਈਨੈਂਸ਼ੀਅਲ ਇਅਰ ਕਿਹਾ ਜਾਂਦਾ ਜੀ ਠੀਕ ਹੈ ਸਮਝ ਆ ਗਈ ਜੀ ਗੱਲ ਦੁਬਾਰਾ ਫੇਰ ਦੱਸ ਦਿੰਦਾ ਇੱਕ ਹੁੰਦਾ ਹੈ ਜੀ ਫਾਈਨੈਂਸ਼ੀਅਲ ਇਅਰ ਠੀਕ ਹੈ ਫਾਈਨੈਂਸ਼ੀਅਲ ਇਅਰ ਜਿਹੜਾ 1 4 2000 ਦੇ ਇਹ ਤੋਂ ਸਟਾਰਟ ਹੋਏਗਾ ਸਪੋਜ਼ ਕਰ ਲੈਂਦੇ ਆ ਜੀ ਠੀਕ ਇਹ 31 3 2024 ਨੂੰ ਖਤਮ ਹੋਏਗਾ ਠੀਕ ਹੈ ਇਹ ਫਾਈਨੈਂਸ਼ੀਅਲ ਇਅਰ ਹੋ ਗਿਆ ਇਸ ਸਾਲ ਦੀ ਕਮਾਈ ਇੱਕ ਸਾਲ ਦੀ ਕਮਾਈ ਕਿਸੇ ਦੇਸ਼ ਦੀ ਉਸ ਦੇ ਸੇਵਾਵਾਂ ਜਾਂ ਵਸਤੂਆਂ ਦੇ ਬਦਲੇ ਜੋ ਆਮਦਨ ਉਸ ਦੇ ਨਾਗਰਿਕਾਂ ਦੇ ਦੁਆਰਾ ਆਪਣੀ ਸੀਮਾ ਜਾਂ ਦੇਸ਼ ਦੀ ਬਾਹਰੀ ਸੀਮਾ ਤੋਂ ਫੋਰਨ ਇਨਕਮ ਵੀ ਹੈ ਜੀ ਉਹ ਸ਼ਾਮਿਲ ਕਰਕੇ ਜਿਹੜੀ ਹੁੰਦੀ ਹੈ ਉਸ ਨੂੰ ਨੈਸ਼ਨਲ ਇਨਕਮ ਰਾਸ਼ਟਰੀ ਆਮਦਨ ਕਿਹਾ ਜਾਂਦਾ ਹੈ ਠੀਕ ਹੈ ਜੀ ਰਾਸ਼ਟਰੀ ਆਮਦਨ ਦੇ ਵਿੱਚ ਡੈਪ੍ਰੀਸੀਏਸ਼ਨ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ ਹਰਾਸ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ ਇਹ ਅੱਗੇ ਦਾ ਟੌਪਿਕ ਹੈ ਬਸ ਤੁਸੀਂ ਇਹਨਾਂ ਕੋ ਯਾਦ ਰੱਖਣਾ ਇੱਕ ਸਾਲ ਦੀ ਉਸ ਦੇ ਨਾਗਰਿਕਾਂ ਦੇ ਦੁਆਰਾ ਕਮਾਈ ਗਈ ਆਮਦਨ ਨੂੰ ਕੀ ਕਿਹਾ ਜਾਂਦਾ ਹੈ ਜੀ ਨੈਸ਼ਨਲ ਇਨਕਮ ਕਿਹਾ ਜਾਂਦਾ ਹੈ ਠੀਕ ਹੈ ਹੁਣ ਅੱ디 ਆਪਾਂ ਡੈਫੀਨੇਸ਼ਨ ਬੁੱਕ ਵਿੱਚ ਕੀ ਦਿੱਤੀ ਹੋਈ ਹੈ ਉਹ ਪੜਦੇ ਹਾਂ ਜੀ ਹਾਂਜੀ ਤਾਂ ਤੁਸੀਂ ਵੇਖ ਸਕਦੇ ਹੋ ਰਾਸ਼ਟਰੀ ਆਮਦਨ ਦੀ ਜਿਹੜੀ ਡੈਫੀਨੇਸ਼ਨ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਬੁੱਕ ਵਿੱਚ ਕੀ ਦਿੱਤੀ ਗਈ ਹੈ ਜੀ। ਰਾਸ਼ਟਰੀ ਆਮਦਨ ਦਾ ਅਰਥ ਹੈ ਇੱਕ ਦੇਸ਼ ਦੇ ਨਿਵਾਸੀਆਂ ਨੂੰ ਕਿਸੇ ਖਾਸ ਅਵੱਦੀ ਦੌਰਾਨ ਖਾਸ ਅਵੱਦੀ ਦਾ ਮਤਲਬ ਇੱਕ ਫਾਈਨੈਂਸ਼ੀਅਲ ਇਅਰ ਹੋ ਗਿਆ ਜੀ ਉਹਨਾਂ ਦੀਆਂ ਉਤਪਾਦਿਤ ਸੇਵਾਵਾਂ ਦੇ ਬਦਲੇ ਪ੍ਰਾਪਤ ਹੋਣ ਵਾਲੀ ਕੁੱਲ ਆਮਦਨ ਪਾਓ ਮਜ਼ਦੂਰੀ ਵਿਆਜ ਲਗਾਨ ਅਤੇ ਲਾਭ ਦੇ ਕੁੱਲ ਜੋੜ ਤੋਂ ਹੈ। ਆਮਦਨ ਇੱਕ ਪ੍ਰਵਾਹ ਹੈ। ਪ੍ਰਵਾਹ ਦਾ ਮਤਲਬ ਇੱਕ ਫਲੋ ਹੁੰਦਾ ਹੈ ਜੀ। ਠੀਕ ਹੈ। ਇਸ ਲਈ ਇਸ ਦਾ ਸੰਬੰਧ ਸਮੇਂ ਦੀ ਇੱਕ ਵਿਸ਼ੇਸ਼ अवधि ਨਾਲ ਹੁੰਦਾ ਮੈਂ ਬਾਰ ਬਾਰ ਤੁਹਾਨੂੰ ਫਾਈਨੈਂਸ਼ੀਅਲ ਇਅਰ ਫਾਈਨੈਂਸ਼ੀਅਲ ਇਅਰ ਕਹਿ ਰਿਹਾ ਜੀ ਇਹ ਰਿਸਿਸ ਅਵਦ ਦੀ ਉਹੀ ਹੈ ਆਮ ਤੌਰ ਤੇ ਇਹ ਅਵਧੀ ਇੱਕ ਵਰੇ ਮੰਨੀ ਜਾਂਦੀ ਹੈ ਇਸ ਤਰ੍ਹਾਂ ਰਾਸ਼ਟਰੀ ਆਮਦਨ ਇੱਕ ਦੇਸ਼ ਦੇ ਆਮ ਨਿਵਾਸੀਆਂ ਦੀ ਇੱਕ ਵਰੇ ਦੌਰਾਨ ਅਰਜਿਤ ਆਮਦਨ ਹੁੰਦੀ ਹੈ ਇਹ ਗੱਲ ਮੈਂ ਪਹਿਲਾਂ ਤੁਹਾਨੂੰ ਦੱਸ ਚੁੱਕਾ ਹਾਂ ਜੀ ਸਿੱਧੇ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਇੱਕ ਸਾਲ ਦੇ ਵਿੱਚ ਕਮਾਈ ਕੀਤੀ ਗਈ ਜੋ ਵੀ ਕਮਾਈ ਕਰਦੇ ਹੋ ਜੀ ਉਹ ਸਾਰੀ ਦੀ ਸਾਰੀ ਤੁਹਾਡੀ ਨੈਸ਼ਨਲ ਇਨਕਮ ਦਾ ਪਾਰਟ ਬਣਦੀ ਹੈ ਠੀਕ ਹੈ ਜੀ ਸਮਝ ਆ ਗਿਆ ਦੁਬਾਰਾ ਤੁਸੀਂ ਇਸ ਨੂੰ ਅੱਗੇ ਵੇਖ ਸਕਦੇ ਹੋ ਰਾਸ਼ਟਰੀ ਉਤਪਾਦ ਰਾਸ਼ਟਰੀ ਆਮਦਨ ਦਾ ਪ੍ਰਤੀਰੂਪ ਹੈ ਇਸ ਤਰ੍ਹਾਂ ਜਦੋਂ ਕਿਸੇ ਦੇਸ਼ ਉਤਪਾਦ ਦਾ ਮਤਲਬ ਹੁੰਦਾ ਜਿਸ ਦੇਸ਼ ਦੀ ਨੈਸ਼ਨਲ ਇਨਕਮ ਜ਼ਿਆਦਾ ਹੋਏਗੀ ਉੱਥੇ ਉਸ ਦੇਸ਼ ਦੀ ਪ੍ਰਤੀ ਵਿਅਕਤੀ ਆਮਦਨ ਵੀ ਜ਼ਿਆਦਾ ਹੋਏਗੀ ਪਰ ਕੈਪੀਟਾ ਇਨਕਮ ਵੀ ਜ਼ਿਆਦਾ ਹੋਏਗੀ ਤਾਂ ਇਹ ਉਸ ਦਾ ਕੋਤਕ ਹੋਇਆ ਕਿ ਉਹ ਦੇਸ਼ ਤਰੱਕੀ ਕਰ ਰਿਹਾ ਹੈ ਉਸ ਦੀ ਗ੍ਰੋਸ ਡੋਮੈਸਟਿਕ ਪ੍ਰੋਡਕਟ ਦੇ ਵਿੱਚ ਵੀ ਇਨਕਰੀਜ਼ ਹੋ ਰਿਹਾ ਹੈ ਜਦੋਂ ਆਪਾਂ ਕਹਿੰਦੇ ਆ ਜੀ ਜੀਡੀਪੀ ਆਪਣੀ ਜੀਡੀਪੀ ਹੁਣ 3 ਟ੍ਰਿਲੀਅਨ ਤੋਂ ਵੀ ਅੱਗੇ 5 ਟ੍ਰਿਲੀਅਨ ਦੇ ਲਗਭਗ ਹੋ ਗਈ ਹੈ ਜੀ ਤਾਂ ਚੌਥੇ ਨੰਬਰ ਤੇ ਸਭ ਤੋਂ ਜ਼ਿਆਦਾ ਹੈ ਆਪਣੀ ਗਰੋਥ ਜੀਡੀਪੀ ਦਾ ਬਣਦਾ ਹੈ ਅ ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਠੀਕ ਹੈ ਜੀ ਤਾਂ ਇਹ ਤੁਸੀਂ ਯਾਦ ਰੱਖ ਸਕਦੇ ਹੋ ਰਾਸ਼ਟਰੀ ਉਤਪਾਦ ਰਾਸ਼ਟਰੀ ਆਮਦਨ ਦਾ ਪ੍ਰਤੀਰੂਪ ਹੈ ਇਸ ਤਰ੍ਹਾਂ ਜਦੋਂ ਅਸੀਂ ਕਿਸੇ ਦੇਸ਼ ਦੀਆਂ ਆਰਥਿਕ ਕਿਰਿਆਵਾਂ ਦੇ ਪ੍ਰਤੀ ਨੁੱ ਨੂੰ ਇੱਕ ਵਰੇ ਦੌਰਾਨ ਉਪਾਦਿਤ ਅੰਤਿਮ ਵਸਤਾਂ ਅਤੇ ਸੇਵਾਵਾਂ ਦੇ ਜੋੜ ਨੂੰ ਬਾਜ਼ਾਰ ਕੀਮਤਾਂ ਦੇ ਰੂਪ ਵਿੱਚ ਪ੍ਰਗਟ ਕਰਦੇ ਆ ਤਾਂ ਉਸ ਨੂੰ ਰਾਸ਼ਟਰੀ ਉਤਪਾਦ ਕਿਹਾ ਜਾਂਦਾ ਦੂਜੇ ਸ਼ਬਦਾਂ ਵਿੱਚ ਜਦੋਂ ਇਸ ਨੂੰ ਇੱਕ ਵਰੇ ਦੌਰਾਨ ਬਸ ਲਾਸਟ ਦੀ ਲਾਈਨ ਹੈ ਜੀ ਇਹ ਆਪਣੇ ਲਈ ਇੰਪੋਰਟੈਂਟ ਹੈ ਕਿ ਜਦੋਂ ਇੱਕ ਵਰੇ ਦੌਰਾਨ ਇੱਕ ਵਰੇ ਦੌਰਾਨ ਅਜਿਹਾ ਸਾਧਨਾਂ ਦੀ ਆਮਦਨ ਪਾਓ ਮਜ਼ਦੂਰੀ ਲਗਾਨ ਵਿਆਜ ਲਾਭ ਦੇ ਜੋੜ ਵਿੱਚ ਪ੍ਰਗਟ ਕਰਦੇ ਆ ਤਾਂ ਇਸ ਨੂੰ ਰਾਸ਼ਟਰੀ ਆਮਦਨ ਕਿਹਾ ਜਾਂਦਾ ਇਹ ਨੈਸ਼ਨਲ ਇਨਕਮ ਹੈ ਠੀਕ ਹੈ ਤਾਂ ਰਾਸ਼ਟਰੀ ਆਮਦਨ ਇਸ ਤਰੀਕੇ ਦੇ ਨਾਲ ਇਹਨਾਂ ਨੇ ਬਤਾਏ ਹੋਏ ਹੈ ਜੀ ਠੀਕ ਹੈ ਬਸ ਆਪਣੇ ਲਈ ਡੈਫੀਨੇਸ਼ਨ ਇੰਪੋਰਟੈਂਟ ਸੀ ਜੋ ਆਪਾਂ ਪੜ ਲਈਏ ਜੀ ਰਾਸ਼ਟਰੀ ਆਮਦਨ ਦੇਖ ਸਕਦੇ ਹੋ ਜੀ ਇਹ ਫਾਰਮੂਲਾ ਤੁਸੀਂ ਜ਼ਰੂਰ ਯਾਦ ਰੱਖੋਗੇ ਰਾਸ਼ਟਰੀ ਆਮਦਨ ਦੇ ਵਿੱਚੋਂ ਸੁੱਧ ਰਾਸ਼ਟਰੀ ਆਮਦਨ ਜੇਕਰ ਕੱਢਣੀ ਹੈ ਤਾਂ ਉਹਦੇ ਵਿੱਚੋਂ ਕਿਸ ਕਿਸ ਆਉਟ ਮੈਜ ਜਿਹੜਾ ਸ਼ਬਦ ਬੋਲਿਆ ਸੀ ਡੈਪ੍ਰੀਸੀਏਸ਼ਨ ਉਹ ਬਾਹਰ ਕਰ ਦਿੱਤਾ ਜਾਂਦਾ ਹੈ ਜੀ ਰਾਸ਼ਟਰੀ ਆਮਦਨ ਦੇ ਵਿੱਚੋਂ ਜਿਹੜੀ ਕੁੱਲ ਤੁਹਾਡੀ ਰਾਸ਼ਟਰੀ ਆਮਦਨ ਹੈ ਉਸ ਦੇ ਵਿੱਚੋਂ ਜੇਕਰ ਤੁਸੀਂ ਡੈਪ੍ਰੀਸੀਏਸ਼ਨ ਨੂੰ ਬਾਹਰ ਕਰ ਦਿੰਦੇ ਹੋ ਤਾਂ ਉਹ ਤੁਹਾਡੀ net national income ਰਹਿ ਜਾਂਦੀ ਹੈ ਯਾਦ ਰੱਖਣਾ ਜੀ ਇਹ ਦੋ ਚੀਜ਼ਾਂ ਹੁਣ ਪੜ੍ਹੀ ਆਪਾਂ ਨੈਸ਼ਨਲ ਇਨਕਮ ਦੇ ਵਿੱਚ ਸਭ ਕੁਝ ਸ਼ਾਮਿਲ ਹੁੰਦਾ ਹੈ ਜੇਕਰ ਉਸ ਦੇ ਵਿੱਚੋਂ ਤੁਸੀਂ ਡੈਪ੍ਰੀਸੀਏਸ਼ਨ ਹਰਾਸ ਇਹ ਸਭ ਤੁਸੀਂ ਇੱਕ ਯਾਦ ਰੱਖ ਲੈਣਾ ਜੀ ਕਿਸਾਵਟ ਹਰਾਸ ਡੈਪ੍ਰੀਸੀਏਸ਼ਨ ਤਾਂ ਤੁਹਾਡੀ net national income ਆ ਜਾਏਗੀ ਹੁਣ ਪ੍ਰਤੀ ਵਿਅਕਤੀ ਆਮਦਨ ਕੀ ਹੁੰਦੀ ਹੈ ਜੀ ਪ੍ਰਤੀ ਵਿਅਕਤੀ ਆਮਦਨ ਦਾ ਸਿੱਧਾ ਜਾਂ ਕਨਸੈਪਟ ਹੈ ਜਿਹੜੀ ਤੁਹਾਡੀ ਨੈਸ਼ਨਲ ਇਨਕਮ ਹੋਈ ਹੈ ਠੀਕ ਹੈ ਜੀ ਜਿਹੜੀ ਤੁਹਾਡੀ ਨੈਸ਼ਨਲ ਇਨਕਮ ਹੈ ਉਸ ਨੂੰ ਜਿੰਨੀ ਤੁਹਾਡੀ ਜਨਸਕਿਆ ਉਸ ਦੇ ਨਾਲ ਤੁਸੀਂ ਭਾਗ ਦੇ ਦਿੰਨੇ ਹੋ ਤਾਂ ਤੁਹਾਡੀ ਪਰ ਵਿਅਕਤੀ ਆਮਦਨ ਆ ਜਾਏਗੀ ਸਪੋਜ਼ ਕਰੋ ਜੀ ਆਪਣੇ ਘਰ ਤੋਂ ਲੈਨੇ ਹਾਂ ਕਰਦੇ ਵਿੱਚ ਮੰਨ ਕੇ ਚਲੋ ਜੀ ਤੁਹਾਡੇ ਕਰਦੇ ਵਿੱਚ ਪੰਜ ਜੀ ਰਹਿੰਦੇ ਹੈ ਜੀ ਠੀਕ ਹੈ ਤੁਹਾਡੇ ਕਰਦੀ 100 ਰੁਪਏ ਆਮਦਨ ਹੈ ਠੀਕ ਹੈ ਜੀ ਕਿੰਨੇ ਰਹਿੰਦੇ ਹੈ ਜੀ ਪੰਜ ਕਮਾਉਣ ਵਾਲਾ ਇੱਕ ਬੰਦਾ ਹੀ ਹੈ ਜੀ ਕਮਾਉਣ ਵਾਲਾ ਇੱਕ ਬੰਦਾ ਹੀ ਹੈ ਕਿੰਨੇ ਬੰਦੇ ਰਹਿੰਦੇ ਹੈ ਪੰਜ ਤਾਂ ਤੁਸੀਂ ਇਸ ਨੂੰ ਪੰਜ ਨਾਲ ਭਾਗ ਦਿਓਗੇ ਠੀਕ ਹੈ ਜੀ 25 ਚੋਕ 25 25 500 ਠੀਕ ਹੈ ਤਾਂ ਹਰ ਇੱਕ ਵਿਅਕਤੀ ਦੀ ਆਮਦਨ 20-20 ਰੁਪਏ ਆ ਗਈ ਜੀ ਇਸੇ ਤਰੀਕੇ ਦੇ ਨਾਲ ਦੇਸ਼ ਦੀ ਆਮਦਨ ਹੈ ਜੀ 100 ਕਰੋੜ ਕਮਾਉਂਦੇ ਆ ਜੀ ਉਸ ਦੀ 5 ਕਰੋੜ ਜਨ ਸੰਖਿਆ ਹੈ ਤਾਂ 20-20 ਕਰੋੜ ਆ ਗਈ ਜੀ ਠੀਕ ਹੈ ਸਮਝ ਆ ਗਈ ਗੱਲ ਇਤੋਂ ਤੁਸੀਂ ਸਮਝ ਸਕਦੇ ਹੋ ਕਿ ਜਿੰਨੀ ਤੁਹਾਡੀ ਨੈਸ਼ਨਲ ਇਨਕਮ ਹੋਏਗੀ ਇਨਕਰੀਜ਼ ਓਨੀ ਹੀ ਪਰ ਕੈਪੀਟਾ ਇਨਕਮ ਵੀ ਹੋਏਗੀ ਜਿਸ ਦੇਸ਼ ਦੀ ਜ਼ਿਆਦਾ ਸੰਖਿਆ ਹੋਏਗੀ ਉਸ ਦੀ ਪਰ ਕੈਪੀਟਾ ਇਨਕਮ ਵੀ ਘਟ ਹੋਏਗੀ ਇਸ ਸਿੰਪਲ ਜਿਹਾ ਕਨਸੈਪਟ ਹੈ ਜੀ ਜਿੰਨੀ ਜ਼ਿਆਦਾ ਤੁਹਾਡੀ ਜਨਸਖਿਆ ਓਨੀ ਘਟ ਤੁਹਾਡੀ ਪਰ ਕੈਪੀਟਾ ਇਨਕਮ ਹੋਏਗੀ ਠੀਕ ਹੈ ਪ੍ਰਤੀ ਵਿਅਕਤੀ ਆਮਦਨ ਪਰ ਕੈਪੀਟਾ ਇਨਕਮ ਕਿੰਨੀ ਹੈ ਜੀ ਪ੍ਰਤੀ ਵਿਅਕਤੀ ਆਮਦਨ ਕਿਸੇ ਦੇਸ਼ ਦੇ ਆਰਥਿਕ ਕਲਿਆਣ ਜਾਂ ਲੋਕਾਂ ਦੇ ਜੀਵਨ ਪੱਧਰ ਸੰਬੰਧੀ ਇੱਕ ਮਹੱਤਵਪੂਰਨ ਧਾਰਨਾ ਹੈ ਜੀ ਬਿਲਕੁਲ ਸਹੀ ਗੱਲ ਹੈ ਜਿਸ ਦੇਸ਼ ਦੀ ਪ੍ਰਤੀ ਵਿਅਕਤੀ ਆਮਦਨ ਪ੍ਰਤੀ ਪਰ ਪਰ ਕੈਪਟਾ ਇਨਕਮ ਇਨਕਰੀਜ਼ ਹੋਏਗੀ ਉਥੇ ਦੇ ਵਿਅਕਤੀਆਂ ਦਾ ਜਿਹੜਾ ਰਹਿਣ ਸਹਿਣ ਉਥੇ ਦੀ ਐਚ ਡੀ ਆਈ ਉਥੇ ਦਾ ਹਿਮਨ ਇੰਡੈਕਸ ਨੰਬਰ ਸਭ ਕੁਝ ਵਧਿਆ ਹੋਏਗਾ ਕਿਉਂਕਿ ਕੋਈ ਵੀ ਵਿਅਕਤੀ ਹੈ ਜੇਕਰ ਉਸ ਦੇ ਕੋਲ ਆਪਣੇ ਰਹਿਣ ਬਸਰਨ ਕਰਵਾਸਤੇ ਆਮਦਨ ਹੋਏਗੀ ਤਾਂ ਉਹ ਦੇਸ਼ ਦਾ ਕਲਿਆਣ ਪੱਖੀ ਪੱਖ ਮੰਨਿਆ ਜਾਏਗਾ ਠੀਕ ਹੈ ਪ੍ਰਤੀ ਵਿਅਕਤੀ ਆਮਦਨ ਤੋਂ ਭਾਵ ਕਿਸੇ ਦੇਸ਼ ਦੇ ਲੋਕਾਂ ਨੂੰ ਇੱਕ ਨਿਸ਼ਚਿਤ ਵੱਦੀ ਵਿੱਚ ਪ੍ਰਾਪਤ ਹੋਣ ਵਾਲੀ ਉਸ ਆਮਦਨ ਤੋਂ ਹੈ ਠੀਕ ਹੈ ਜੀ ਇਹ ਦੇਖੋ ਜੀ ਪ੍ਰਤੀ ਵਿਅਕਤੀ ਆਮਦਨ ਕੀ ਹੈ ਜੀ ਰਾਸ਼ਟਰੀ ਆਮਦਨ ਜਿਹੜੀ ਨੈਸ਼ਨਲ ਇਨਕਮ ਹੈ ਜੀ ਜੇਕਰ ਉਸ ਨੂੰ ਜਨਸੰਖਿਆ ਨਾਲ ਭਾਗ ਬਸ ਤੁਸੀਂ ਇਹ ਫਾਰਮੂਲਾ ਯਾਦ ਕਰ ਲੈਣਾ ਜੀ ਜੇਕਰ ਆਇਆ ਤਾਂ ਇਹ ਕੁਐਸਚਨ ਹੀ ਆਏਗਾ ਬਾਕੀ ਹੋਰ ਕੁਐਸਚਨ ਆਉਣ ਦੀ ਸੰਭਾਵਨਾ ਇੱਥੋਂ ਨਹੀਂ ਹੈ ਤਾਂ ਪ੍ਰਤੀ ਵਿਅਕਤੀ ਆਮਦਨ ਕੀ ਕਰਨਾ ਹੈ ਜੀ ਰਾਸ਼ਟਰੀ ਆਮਦਨ ਨੂੰ ਜਨਸੰਖਿਆ ਨਾਲ ਤੁਸੀਂ ਭਾਗ ਦੇ ਦੇਉ ਦੀ ਤੁਹਾਡੀ ਜਿਹੜੀ ਪਰ ਕੈਪੀਟਾ ਇਨਕਮ ਆ ਜਾਏਗੀ ਠੀਕ ਹੈ ਇਸ ਤੋਂ ਇਲਾਵਾ ਅੱਗੇ ਆਪਾਂ ਬੇਰੋਜ਼ਗਾਰੀ ਦਾ ਥੋੜਾ ਜਿਹਾ ਪੜਾਂਗੇ ਜੀ ਜਿਹੜੀ ਆਪਣੀ ਕੰਮ ਦੀ ਚੀਜ਼ ਹੈ ਬਸ ਆਪਣਾ ਇੰਨਾ ਕੋਨਸੈਪਟ ਸੀਗਾ ਤੁਹਾਡੇ ਲਈ ਇੰਨਾ ਹੀ ਉਹਨਾਂ ਨੇ ਪੁੱਛਿਆ ਬਾਕੀ ਅੱਗੇ ਆਪਣਾ ਹੈ ਨਹੀਂ ਮੈਂ ਇੱਕ ਤੁਹਾਨੂੰ ਬੇਰੋਜ਼ਗਾਰੀ ਵਾਲਾ ਹੋਰ ਪੜਾ ਦਿੰਦਾ ਜੀ ਬਸ ਇਹ ਵੇਖੋ ਜੀ ਛੁੱਪੀ ਹੋਈ ਬੇਰੋਜ਼ਗਾਰੀ ਇਹ ਕਈ ਵਾਰ ਕੁਐਸਚਨ ਆ ਜਾਂਦਾ ਜੀ ਸਭ ਤੋਂ ਜ਼ਿਆਦਾ ਛੁੱਪੀ ਹੋਈ ਬੇਰੋਜ਼ਗਾਰੀ ਆਪਣੀ ਖੇਤੀਬਾੜੀ ਦੇ ਵਿੱਚ ਪਾਈ ਜਾਂਦੀ ਹੈ ਬੇਰੋਜ਼ਗਾਰੀ ਦਾ ਮਤਲਬ ਹੁੰਦਾ ਹੈ ਕਿਸੇ ਵਿਅਕਤੀ ਦੇ ਵਿੱਚ ਜਿਸ ਤਰ੍ਹਾਂ ਦੀ ਕਾਬਲੀਅਤ ਹੈ ਉਸ ਨੂੰ ਉਸ ਤਰੀਕੇ ਦਾ ਕੰਮ ਨਾ ਮਿਲਣਾ ਹੀ ਬੇਰੋਜ਼ਗਾਰੀ ਹੈ ਠੀਕ ਹੈ ਜੀ ਕਿਸੇ ਸਕਿਲਡ ਪਰਸਨ ਨੂੰ ਅਗਰ ਉਸ ਦੀ ਯੋਗਤਾ ਦੇ ਅਨੁਸਾਰ ਕੰਮ ਨਹੀਂ ਮਿਲਦਾ ਤਾਂ ਉਹ ਬੇਰੋਜ਼ਗਾਰ ਹੁੰਦਾ ਹੈ ਇਹ ਵੀ ਬੇਰੋਜ਼ਗਾਰੀ ਦੋ ਤਰੀਕੇ ਦੀ ਹੁੰਦੀ ਹੈ ਇੱਕ ਹੁੰਦੀ ਹੈ ਦੀ ਇੱਛਕ ਬੇਰੋਜ਼ਗਾਰੀ ਇੱਕ ਅਣਇੱਛਕ ਬੇਰੋਜ਼ਗਾਰੀ ਇੱਛਕ ਬੇਰੋਜ਼ਗਾਰੀ ਦਾ ਮਤਲਬ ਹੁੰਦਾ ਕਿਸੇ ਵਿਅਕਤੀ ਨੂੰ ਕੰਮ ਮਿਲ ਰਿਹਾ ਪਰ ਉਹ ਉਸ ਕੰਮ ਨੂੰ ਕਰਨ ਦੇ ਲਈ ਤਿਆਰ ਨਹੀਂ ਹੈ ਇਹ ਇੱਛਕ ਬੇਰੋਜ਼ਗਾਰੀ ਹੈ ਅਣਇੱਛਕ ਬੇਰੋਜ਼ਗਾਰੀ ਉਹ ਹੁੰਦੀ ਹੈ ਜਿਸ ਵਿਅਕਤੀ ਨੂੰ ਕੰਮ ਚਾਹੀਦਾ ਹੈ ਪਰ ਉਸ ਨੂੰ ਕੰਮ ਨਹੀਂ ਮਿਲ ਰਿਹਾ ਠੀਕ ਹੈ ਦੋ ਤਰੀਕੇ ਦੇ ਬੇਰੋਜ਼ਗਾਰੀ ਛੁਪੀ ਹੋਈ ਬੇਰੋਜ਼ਗਾਰੀ ਕੀ ਹੁੰਦੀ ਹੈ ਛੁਪੀ ਹੋਈ ਬੇਰੋਜ਼ਗਾਰੀ ਦਾ ਮਤਲਬ ਹੁੰਦਾ ਹੈ ਕਿਸੇ ਵੀ ਉਤਪਾਦਕ ਖੇਤਰ ਦੇ ਵਿੱਚ ਜੇਕਰ ਤੁਸੀਂ ਆਪਣੇ ਦੁਆਰਾ ਲਗਾਏ ਗਏ ਪਰਸਨ ਹੈ ਜੀ ਜੇਕਰ ਉਹਨਾਂ ਦੀ ਸੰਖਿਆ ਘਟ ਜਾਂ ਵਧ ਕਰ ਦਿੰਦੇ ਹੋ ਤਾਂ ਵੀ ਉਤਪਾਦਨ ਉਤੇ ਕਿਸੇ ਵੀ ਤਰੀਕੇ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਇਹ ਸਭ ਤੋਂ ਜ਼ਿਆਦਾ ਖੇਤੀਬਾੜੀ ਦੇ ਵਿੱਚ ਪਾਈ ਜਾਂਦੀ ਆਪਾਂ ਨੂੰ ਪਤਾ ਹੈ ਜੀ ਖੇਤ ਦੇ ਵਿੱਚ ਆਪਣੇ ਕੋਲ 1 ਏਕੜ ਭੂਮੀ ਹੈ ਤਾਂ ਵੀ ਉੱਥੇ ਤਿੰਨ ਬੰਦੇ ਕੰਮ ਕਰ ਰਹੇ ਉਤਪਾਦਨ ਉਹਨਾਂ ਹੀ ਹੋ ਰਿਹਾ ਦੋ ਬੰਦੇ ਕੰਮ ਕਰਦੇ ਤਾਂ ਵੀ ਉਤਪਾਦਨ ਉਹਨਾਂ ਹੀ ਹੋ ਰਿਹਾ ਹੈ ਦਾ ਉਤਪਾਦਨ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਬਦਲਾਅ ਨਹੀਂ ਹੋ ਰਿਹਾ ਇਸ ਨੂੰ ਛੁਪੀ ਹੋਈ ਬੇਰੋਜ਼ਗਾਰੀ ਕਿਹਾ ਜਾਂਦਾ ਹੈ ਇਹ ਸਭ ਤੋਂ ਜ਼ਿਆਦਾ ਕਿੱਥੇ ਪਾਈ ਜਾਂਦੀ ਹੈ ਕੁਐਸਚਨ ਆ ਸਕਦਾ ਹੈ ਜੀ ਇਹ ਖੇਤੀਬਾੜੀ ਦੇ ਖੇਤਰ ਵਿੱਚ ਪਾਈ ਜਾਂਦੀ ਹੈ ਸੰਸਾਰ ਦੇ ਕਈ ਅਲਪ ਵਿਕਸਿਤ ਦੇਸ਼ਾਂ ਵਿੱਚ ਜਨਸੰਖਿਆ ਵਧੇਰੇ ਹੁੰਦੀ ਹੈ ਪਰੰਤੂ ਰੁਜ਼ਗਾਰ ਦੇ ਮੌਕੇ ਘੱਟ ਹੁੰਦੇ ਹਨ ਇਸ ਲਈ ਇਹਨਾਂ ਦੇਸ਼ਾਂ ਦੇ ਜ਼ਿਆਦਾਤਰ ਲੋਕ ਨੇ ਉਹ ਬੇਰੋਜ਼ਗਾਰ ਰਹੇ ਜਾਂਦੇ ਇਹਨਾਂ ਦੇਸ਼ਾਂ ਦਾ ਮੁੱਖ ਕੀਤਾ ਖੇਤੀਬਾੜੀ ਹੈ ਇੱਕ ਕੀਤਾ ਜਿਸ ਉੱਪਰ ਨਿਰਭਰ ਲੋਕਾਂ ਨੂੰ ਥੋੜਾ ਜਿੰਨਾ ਕੰਮ ਮਿਲ ਮਿਲ ਜਾਂਦਾ ਹੈ ਇਸੇ ਕਾਰਨ ਇੱਕ ਪਰਿਵਾਦ ਹੈ ਸਾਰੇ ਲੋਕ ਇਸੇ ਵਿੱਚ ਲੱਗੇ ਰਹਿੰਦੇ ਹਨ ਉਹਨਾਂ ਨੂੰ ਪਤਾ ਨਹੀਂ ਲੱਗਦਾ ਜੀ ਪ੍ਰੋਡਕਸ਼ਨ ਉਹਨਾਂ ਹੀ ਹੋ ਰਿਹਾ ਹੈ ਠੀਕ ਹੈ ਮੋਕੇ ਨਾਲ ਹੁਣ ਕਾਨ ਖੇਤੀ ਦੇ ਕੰਮ ਵਿੱਚ ਲੱਗੇ ਰਹਿੰਦੇ ਹਨ ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਜੋ ਕੰਮ ਸਿਰਫ ਕੁਝ ਕੁ ਲੋਕ ਕਰ ਸਕਦੇ ਹਨ ਉਸ ਦੇ ਬਥੇਰੇ ਲੋਕ ਲੱਗੇ ਹੁੰਦੇ ਇਸ ਨੂੰ ਛੁਪੀ ਹੋਈ ਬੇਰੁਜ਼ਗਾਰੀ ਕਿਹਾ ਜਾਂਦਾ ਹੈ ਠੀਕ ਹੈ ਜੀ ਉਸ ਤੋਂ ਇਲਾਵਾ ਮੌਸਮੀ ਬੇਰੁਜ਼ਗਾਰੀ ਹੁੰਦੀ ਹੈ ਜਿਵੇਂ ਆਪਣੇ ਕੋਲ ਕੋਲਡ ਫਾਰਮਸ ਹੋਗੇ ਜੀ ਜਿੱਥੇ ਆਈਸਕ੍ਰੀਮ ਵਾਲੀ ਫੈਕਟਰੀਜ਼ ਹੋਗੀ ਉਥੇ ਮੌਸਮੀ ਬੇਰੁਜ਼ਗਾਰੀ ਹੁੰਦੀ ਹੈ ਠੀਕ ਹੈ ਫੁੱਲ এমਪਲੋਇਮੈਂਟ ਇੱਕ ਇਹ கான்ਸੈਪਟ ਹੈ ਜੀ ਫੁੱਲ এমਪਲੋਇਮੈਂਟ ਦਾ ਮਤਲਬ ਹੁੰਦਾ ਹੈ ਹਰ ਇੱਕ ਵਿਅਕਤੀ ਨੂੰ ਰੁਜ਼ਗਾਰ ਮਿਲਣਾ ਇਹ ਬਹੁਤ ਹੀ ਕੱਟਦੇ ਸਾਂ ਦੇ ਵਿੱਚ ਵੇਖਣ ਨੂੰ ਮਿਲਦਾ ਹੈ ਜੀ ਕਿਤੇ ਵੀ ਇਹ கான்ਸੈਪਟ ਹਜੇ ਤੱਕ ਨਹੀਂ ਹੈ ਆਮ ਤੌਰ ਤੇ ਪੂਰਨ ਰੁਜ਼ਗਾਰ ਸ਼ਬਦ ਤੋਂ ਪਾਓ ਉਸ ਹਾਲਤ ਤੋਂ ਹੈ ਜਿਸ ਵਿੱਚ ਕੋਈ ਵੀ ਮਨੁੱਖ ਬੇਰੁਜ਼ਗਾਰ ਨਹੀਂ ਪਰ ਅਸਲ ਵਿੱਚ ਇਹ ਤਾਲਾ ਉਚਿਤ ਨਹੀਂ ਹੈ ਇਸ ਤਰੀਕੇ ਦਾ ਨਹੀਂ ਹੋ ਸਕਦਾ ਤਾਂ ਇਹ ਆਪਣੇ ਦੋ ਤਿੰਨ ਕਨਸੈਪਟ ਸੀ ਜੀ ਅਣਿਤਛਿਕ ਤੇ ਐਚਿਕ ਬੇਰੁਜ਼ਗਾਰੀ ਦਾ ਮੈਂ ਦੱਸ ਚੁੱਕਿਆ ਹਾਂ ਤੇ ਇਸ ਤੋਂ ਇਲਾਵਾ ਅਨਇਮਪਲੋਇਮੈਂਟ ਕੀ ਹੈ ਜੀ ਤੇ ਨੈਸ਼ਨਲ ਇਨਕਮ ਕੀ ਹੈ ਤੇ ਆਪਣੀ ਪਰ ਕੈਪੀਟਾ ਇਨਕਮ ਕੀ ਹੈ ਵੀਡੀਓ ਕਿਦਾਂ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਨੈਕਸਟ ਵੀਡੀਓ ਵਿੱਚ ਜਲਦੀ ਮਿਲਦੇ ਹਾਂ ਤਦ ਤੱਕ ਸਸ਼ਿਆਕਾਰ ਰਾਮ ਰਾਮ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਥੈਂਕ ਯੂ ਵੈਰੀ ਮਚ